ਮੰਡੀਆਂ ਦੇ ਵਿੱਚੋਂ ਝੋਨੇ ਨੂੰ ਚੁਕਾਉਣ ਲਈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਅੱਜ ਫਿਰ 3 ਘੰਟੇ ਦਾ ਧਰਨੇ ਦਾ ਆਗਾਜ਼ ਕੀਤਾ। 12 ਤੋਂ 3 ਵਜੇ ਤੱਕ ਜ਼ਿਆਦਾਤਰ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ, ਲੇਕਿਨ ਅੰਮ੍ਰਿਤਸਰ ਦੇ ਬੱਲਾ ਫਾਟਕ ਤੇ ਅਸੀਂ ਖੜੇ ਹਾਂ, ਜਿੱਥੇ ਕਿਸਾਨਾਂ ਦੁਆਰਾ ਜਿਹੜੀ ਰੇਲਾਂ ਤੇ ਵੀ ਆਪਣਾ ਜਿਹੜਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤੇ ਰੇਲਾਂ ਰੋਕੀਆਂ ਗਈਆਂ। ਸੋ 3 ਘੰਟੇ ਦਾ ਆਗਾਜ਼ ਕਿਸਾਨਾਂ ਦੁਆਰਾ ਜ਼ਰੂਰ ਇਸਦਾ ਸ਼ੁਰੂ ਤੋਂ ਹੀ 3 ਘੰਟੇ ਦੀ ਆਵਾਜ਼ ਜ਼ਰੂਰ ਕੀਤੀ ਗਈ ਸੀ ਕਿਸਾਨਾਂ ਵੱਲੋਂ। ਸੋ ਕਿਸਾਨ ਸਾਡੇ ਨਾਲ ਮੌਜੂਦ ਹੈ ਭਾਜੀ। ਜ਼ਿਆਦਾਤਰ ਅੱਜ ਨੈਸ਼ਨਲ ਹਾਈਵੇ ਤੇ ਕਿਸਾਨਾਂ ਦੁਆਰਾ ਪ੍ਰਦਰਸ਼ਨ ਕੀਤਾ ਜਾ ਰਿਹਾ। ਤੁਸੀਂ ਰੇਲਵੇ ਟਰੈਕ ਜਾਮ ਕੀਤਾ, 3 ਘੰਟੇ ਦਾ ਆਗਾਜ਼ ਕੀਤਾ ਗਿਆ ਜਿਹੜਾ ਧਰਨੇ ਦਾ, ਮੰਗਾਂ ਕੀ ਕੀ ਹੈ? ਵੇਖੋ, ਦਿਨ ਦਿਹਾੜ ਚੱਲ ਰਹੇ ਆ, ਕਿਸਾਨਾਂ ਦੀ ਕੋਈ ਸ਼ੌਂਕ ਨਹੀਂ ਆ ਸੜਕਾਂ ਜਾਮ ਕਰਨ ਦਾ, ਰੇਲਾਂ ਜਾਮ ਕਰਨ ਦਾ। ਵੇਖੋ, ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ, ਜਿਹੜੇ ਮਹਿੰਗੇ ਮਹਿੰਗੇ ਠੇਕੇ ਲੈ ਕੇ ਰੇਹਾਂ ਸਪਰੇਆਂ ਕਰਕੇ ਲੋਕਾਂ ਨੇ ਆਪਣੀ ਕਿਸਾਨਾਂ ਨੇ ਫਸਲ ਪਾਲੀ ਆ, ਪਰ ਸਰਕਾਰ ਜਿਹੜੀ ਆ, ਸਰਕਾਰ ਨੂੰ ਪਤਾ ਸੀ ਵੀ 1 ਅਕਤੂਬਰ ਨੂੰ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ, ਮੰਡੀਆਂ 'ਚ ਆਉਣਾ ਸ਼ੁਰੂ ਹੋ ਜਾਣਾ, ਪਰ ਇਹ ਪੰਜਾਬ ਸਰਕਾਰ ਜਿਹੜੀ ਆ ਲਗਾਤਾਰ ਮੀਟਿੰਗਾਂ ਕਰਕੇ ਵਾਅਦੇ ਤੇ ਕਰ ਰਹੀ ਆ, ਲੋਕਾਂ ਨੂੰ ਦਿਖਾ ਤੇ ਰਹੀ ਆ ਵੀ ਅਸੀਂ ਬੜਾ ਕੁਝ ਕਰ ਰਹੇ ਹਾਂ, ਪਰ ਧਰਾਤਲ ਤੇ ਜ਼ਮੀਨ ਦੇ ਉੱਤੇ ਅਜੇ ਤੱਕ ਫੇਲ ਸਾਬਤ ਹੋਈ ਆ। ਇੱਕ ਵੀ ਦਾਣਾ ਜਿਹੜਾ ਵਾ ਉਹ ਚੁੱਕਿਆ ਨਹੀਂ ਜਾ ਰਿਹਾ, ਵੱਡੇ ਵੱਡੇ ਢੇਰ ਲੱਗੇ ਆ। ਅਸਲ ਦੇ ਵਿੱਚ ਇਹ ਸਰਕਾਰ ਜਿਹੜੀ ਆ ਕਿਸਾਨਾਂ ਦੇ ਮੂੰਹ ਕਢਾਉਣਾ ਚਾਹੁੰਦੀ ਆ, ਕਾਰਪੋਰੇਟ ਘਰਾਣਿਆਂ ਦੇ ਕਹਿਣ ਦੇ ਉੱਤੇ ਵੀ ਜਿਹੜਾ ਖੇਤੀ ਆ ਉਹ ਲਾਹੇਵੰਦ ਕਿੱਤਾ ਨਹੀਂ ਰਿਹਾ। ਪਰ ਅੱਜ ਦੁਨੀਆ ਦੇ ਉੱਤੇ ਜਿਹੜਾ ਵਾ ਅਨਾਜ ਦਾ ਸੰਕਟ ਆ, ਇਹੋ ਅਨਾਜ ਜੇ ਕਿਤੇ ਕਾਰਪੋਰੇਟ ਘਰਾਣਿਆਂ ਦੇ ਜਾਂ ਵਾਲਮਾਰਟ ਜਾਂ ਵੱਡੇ ਸਟੋਰਾਂ ਤੇ ਜਾਂਦਾ, ਇਹੋ ਮਹਿੰਗਾ ਹੋ ਜਾਂਦਾ। ਇਹੋ ਇੱਕ ਦੀ ਛੱਲੀ ਜਿਹੜੀ 100-100 ਰੁਪਏ ਦੀ ਵਿਕਦੀ ਹੈ, ਕੋਈ ਗੋਭੀ ਦਾ ਫੁੱਲ 200-200 ਰੁਪਏ ਦਾ ਵਿਕਦਾ, ਪਰ ਸਾਡੀ ਫਸਲ ਜਿਹੜੀ ਆ ਉਹ ਉੱਥੇ ਰੁੜ ਰਹੀ ਆ, ਦਾਣੇ ਕਾਲੇ ਹੋ ਰਹੇ ਆ। ਇਹ ਬਦਕਿਸਮਤੀ ਆ ਭਾਰਤ ਦੀ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਵੀ ਇੱਥੋਂ ਆਪਣਾ ਅਨਾਜ ਹੀ ਸਾਂਭਿਆ ਨਹੀਂ ਜਾ ਰਿਹਾ। ਜੇ ਇਹ ਅਨਾਜ ਸਾਂਭੇ, ਇੱਧਰ ਨੂੰ ਜਿਹੜਾ ਮਿਡਲ ਈਸਟ ਹੈ ਇੱਧਰ ਨੂੰ ਵਪਾਰ ਕਰੇ ਕਿ ਤਰੀਕੇ ਨਾਲ ਚੱਲੇ, ਤੇ ਭਾਰਤ ਇੱਕ ਖੇਤੀ ਪ੍ਰਮੁੱਖ ਸੂਬਾ ਵਾ, ਇਹ ਦੁਨੀਆ ਦੇ ਉੱਤੇ ਇਹਦਾ ਨਾਂ ਹੋ ਸਕਦਾ, ਇਹਦੀ ਜਿਹੜੀ ਆ GDP ਹੈ ਸਭ ਤੋਂ ਵੱਧ ਹੋ ਸਕਦੀ ਆ, ਪਰ ਸਰਕਾਰ ਦੀ ਜਿਹੜੀ ਮੰਸ਼ਾ ਵਾ ਉਹਦੇ ਵਿੱਚ ਕਾਣੋ ਆ। ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵਾ ਉਹ ਸਟੇਜ ਤੇ ਵਧੀਆ ਚਲਾਉਂਦਾ ਰਿਹਾ, ਪਰ ਉਹਦੇ ਕੋਲ ਸਟੇਟ ਨਹੀਂ ਚੱਲ ਰਹੀ, ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਵਾ ਵੀ ਮੈਂ ਅਜੇ ਤੱਕ ਜਿਹੜਾ ਵਾ ਫੇਲ ਸਾਬਤ ਹੋਇਆ। ਜੇ ਕਿਸਾਨਾਂ ਨੂੰ ਬੀਜਣ ਵਾਸਤੇ ਜਦੋਂ DAP ਦੀ ਲੋੜ ਹੁੰਦੀ ਉਦੋਂ ਵੀ ਧਰਨੇ ਲਾਉਣੇ ਪੈਂਦੇ ਆ, ਜਦੋਂ ਵੇਚਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ, ਇਹ ਤੋਂ ਬਦਕਿਸਮਤੀ ਕੀ ਹੋਊਗੀ ਪੰਜਾਬ ਦੀ? ਸੋ ਮੰਡੀਆਂ 'ਚੋਂ ਝੋਨੇ ਚੁੱਕਣ ਦਾ ਇੱਕ ਮੰਗ ਹੈ, ਦੂਸਰਾ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਦੇ ਨਾਲ ਨਾਲ ਹੋਰ ਕੀ ਕੀ ਮੰਗਾਂ? ਅੱਜ ਸਾਡੀ ਫੇਲ ਵਾਲੇ ਮੰਗ ਆ ਵੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਹੋਵੇ, ਖਰੀਦਿਆ ਝੋਨਾ ਜਿਹੜਾ ਉਹ ਮੰਡੀਆਂ 'ਚੋਂ ਚੁੱਕਿਆ ਜਾਵੇ, ਮੰਡੀਆਂ ਵਿਹਲੀਆਂ ਕੀਤੀਆਂ ਜਾਣ। DAP ਦੀ ਸਮੱਸਿਆ ਆਉਣ ਵਾਲੇ ਸਮੇਂ 'ਚ ਕਣਕ ਬੀਜਣੀ ਆ, DAP ਦੀ ਜਿੱਡੀ ਵੱਡੀ ਸਮੱਸਿਆ ਵੀ ਨਕਲੀ DAP ਮਿਲ ਰਹੀ ਆ, ਪਰਮਲ ਜਿਹੜੀ ਆ ਪੀਅਰ 126 ਜਿਹੜੀ ਕਿ ਯੂਨੀਵਰਸਿਟੀ ਵੱਲੋਂ ਜਿਹੜੀ ਸਿਫਾਰਿਸ਼ ਕੀਤੀ ਗਈ ਤੇ ਕਿਸਾਨਾਂ ਨੇ ਲਾਈ ਆ, ਅੱਜ ਉਹਨੂੰ ਖਰੀਦਣ ਤੋਂ ਸਰਕਾਰ ਜਿਹੜੀ ਆ ਬਾਹਾਂ ਖੜੀਆਂ ਕਰਨ ਲਈ, ਉਹਨੂੰ ਵਕਾਉਣ ਦੇ ਲਈ ਸਾਰਾ ਕਿਸਾਨਾਂ ਦਾ ਦਾਣਾ ਦਾਣਾ ਵਕਾਉਣ ਤੱਕ ਜਿਹੜਾ ਅੱਜ ਦੀ ਸਾਡੀ ਸ਼ੁਰੂਆਤ ਆ। ਸਰਕਾਰ ਨੂੰ ਚੇਤਾਵਨੀ ਆ ਵੀ ਜੇ ਸਰਕਾਰ ਇਸ ਗੱਲ 'ਤੇ ਨਹੀਂ ਧਿਆਨ ਦਿੰਦੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਰੇਲਾਂ ਨੇ ਪੱਕੇ ਤੌਰ 'ਤੇ ਵੀ ਬੰਦ ਕਰਨ ਦੇ ਲਈ ਕਿਸਾਨ ਜਿਹੜੇ ਮਜਬੂਰ ਹੋਣਗੇ।